ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਭੀ ਨਾ ਛੋੜੇ ਖੇਤ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ, ਮੈਂ ਹਾਂ ਭਾਰਤ ਭੂਸ਼ਣ। ਸੋ ਅੱਜ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ, ਜਿੱਥੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਕਿਸ ਤਰ੍ਹਾਂ ਦੇ ਨਾਲ ਹੋਈ ਸਭ ਨੂੰ ਪਤਾ, ਇਤਿਹਾਸ ਪਤਾ ਹੈਗਾ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਸਾਹਿਬ ਨੇ ਜਿਹੜੀ ਹੈਗੀ ਆ 20 ਰੁਪਏ ਦਾ ਲੰਗਰ ਜਿਹੜਾ ਹੈਗਾ ਉਹ ਚਲਾਇਆ ਸੀਗਾ, ਉਹ ਲੰਗਰ ਪ੍ਰਥਾ ਅੱਜ ਵੀ ਜਾਰੀ ਹੈਗਾ। ਸੋ ਨਿਊਯਾਰਕ ਤੋਂ ਵੀ ਸਿੱਖ ਫਾਊਂਡੇਸ਼ਨ ਦੇ ਜਿਹੜੇ ਨੇ ਕੁਝ ਸਾਥੀ ਆਏ ਹੋਏ ਨੇ ਬਾਈ ਹੋਣਾ, ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕਿਉਂਕਿ ਜਿਹੜੀ ਹੈਗੀ ਆ ਪੰਜਾਬੀ ਜਿਹੜੇ ਕਿ ਪੰਜਾਬੀ ਨੇ ਪੂਰੇ ਦੁਨੀਆ ਦੇ ਵਿੱਚ ਲੰਗਰ ਦੇ ਲਈ ਮਸ਼ਹੂਰ ਨੇ। ਅੱਜ ਨਿਊਯਾਰਕ ਤੋਂ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਉੱਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਜਦਾ ਕਰਦੇ ਜਿੱਥੇ ਲੱਖਾਂ ਹੀ ਸ਼ਰਧਾਲੂ ਨਮਸਤਕ ਹੋਣ ਆਏ ਨੇ। ਸੋ ਬਾਈ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈਗਾ। ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਬਾਈ ਜੀ, ਕਿੱਥੋਂ ਆਏ ਜੀ? ਹਾਂਜੀ, ਮੈਂ ਜੀ ਫਰਾਂਸ ਤੋਂ ਆਇਆ ਜੀ। ਹਾਂਜੀ। ਸੋ ਜਿਹੜਾ ਲੰਗਰ ਲਗਾਇਆ ਜਾ ਰਿਹਾ ਨਿਊਯਾਰਕ ਸਿੱਖ ਫਾਊਂਡੇਸ਼ਨ। ਹਾਂਜੀ ਸਰ, ਇਹ ਸਾਡੀ ਆਪਣੀ ਸੁਸਾਇਟੀ ਹੈਗੀ ਹੈ ਸਿੱਖ ਫਾਊਂਡੇਸ਼ਨ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਜਾ ਰਿਹਾ ਜੀ। ਕਿੰਨੀ ਦੇਰ ਤੋਂ ਲੰਗਰ ਲਗਾ ਰਹੇ ਹੋ ਔਰ ਕਿਸ ਕਿਸ ਚੀਜ਼ ਦਾ ਲੰਗਰ? ਇਹ 5 ਸਾਲ ਤੋਂ ਲੰਗਰ ਲੱਗ ਰਿਹਾ ਜੀ, ਦੁੱਧ ਬਦਾਮਾਂ ਵਾਲਾ ਦੁੱਧ ਦਾ ਲੰਗਰ ਲੱਗ ਰਿਹਾ ਜੀ, ਬਿਸਕੁਟ। ਹਾਂਜੀ। ਸੋ ਕਿਸ ਤਰ੍ਹਾਂ ਦੇਖਦੇ ਹੋ ਸੰਗਤ ਦੇ ਵਿੱਚ ਬੜਾ ਸ਼ਰਧਾ ਦੇ ਨਾਲ ਬੜੇ ਸਤਿਕਾਰ ਨਾਲ ਆਉਂਦੇ ਹੈ, ਸੋ ਬਾਹਰ ਬੈਠੇ ਵੀਰ ਵੀ ਆਪਣੀ ਸੇਵਾ? ਹਾਂਜੀ ਬਿਲਕੁਲ ਜੀ, ਬਹੁਤ ਸੇਵਾ ਆ ਰਹੀ ਹੈ ਜੀ। ਸੋ ਤੁਸੀਂ ਕਿੰਨੇ ਵਜੇ ਸ਼ੁਰੂ ਕਰ ਦਿੰਦੇ ਹੈ ਸਾਰਾ ਜਿਹੜਾ? ਹਾਂਜੀ ਸਰ, ਅੱਜ ਥੋੜ੍ਹਾ ਲੇਟ ਹੋ ਗਿਆ, ਵੈਸੇ ਇਸ ਟਾਈਮ ਸ਼ੁਰੂ ਹੋ ਜਾਂਦਾ। ਹਾਂਜੀ, 8 ਵਜੇ ਤੋਂ ਸ਼ੁਰੂ ਕਰ ਦਿੰਦੇ। ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਪੰਜਾਬ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਕਰਾਹੇ ਦੀ ਰਾਹ 'ਤੇ ਵੀ ਤੁਰੇ ਹੋਏ ਕੁਛ ਨੌਜਵਾਨ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਿਉਂਕਿ ਆਹ ਜਿਹੜਾ ਪੋਹ ਦਾ ਮਹੀਨਾ ਹੈਗਾ, ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ, ਸੋ ਕਿਸ ਤਰ੍ਹਾਂ ਦੇ? ਮੈਂ ਜੀ ਸਾਰੇ ਭਰਾਵਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਆਪਣੇ ਸਿੱਖੀ ਧਰਮ ਦੇ ਨਾਲ ਜੁੜੋ ਸਾਰੇ ਅਤੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਜੀ। ਸੋ ਆਪਣੇ ਸਿੱਖੀ ਧਰਮ ਦੇ ਵਿੱਚ ਜੁੜੋ, ਆਪਣੇ ਧਰਮ ਦੇ ਪੱਕੇ ਰਹੋ, ਬਾਈ ਉਹਨਾਂ ਨੇ ਕਿਹਾ ਹੈਗਾ। ਫਰਾਂਸ ਤੋਂ ਆਏ ਨੇ, ਤੁਸੀਂ ਦੇਖ ਸਕਦੇ ਹੋ ਕਿ ਜੇ ਫਰਾਂਸ ਤੋਂ ਆ ਕੇ ਇੱਥੇ ਲੰਗਰ ਲਗਾਇਆ ਜਾ ਸਕਦਾ ਹੈਗਾ। ਧੰਨ ਨੇ ਇਹਨਾਂ ਦੇ ਮਾਂ ਬਾਪ ਜਿਹੜਾ ਨੇ ਇਹ ਗੁਰਤੀ ਦਿੱਤੀ ਹੈਗੀ ਆ, ਕਿਉਂਕਿ ਜੜ੍ਹਾਂ ਦੇ ਨਾਲ ਜੁੜ ਕੇ ਰਹਿਣਾ ਹੀ ਸਾਡਾ ਇੱਕ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਸੀਗਾ। ਸੋ ਤੁਸੀਂ ਲੱਖਾਂ ਹੀ ਸੰਗਤਾਂ ਜਿਹੜੀਆਂ ਇੱਥੇ ਜਿਹੜੀ ਸ਼ਰਧਾ ਪੂਰਵਕ ਆ ਰਹੀਆਂ ਨੇ, ਬਾਈ ਉਹਨਾਂ ਜੁੜੇ ਨੇ, ਹੁਣ ਵੀ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਨਾਮ ਤੁਹਾਡਾ? ਨਵਨੂਰ ਸਿੰਘ ਜੀ। ਨਵਨੂਰ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਹੈਗਾ ਦੂਸਰਾ ਦਿਨ ਹੈਗਾ ਸ਼ਹੀਦੀ ਜੋੜ ਮੇਲ ਦਾ, ਸੋ ਕਿਸ ਤਰ੍ਹਾਂ ਦੇਖਣਾ ਕਿ ਸੰਗਤ ਆਪਣੇ ਸ਼ਰਧਾ ਨਾਲ ਪੂਰੀ ਆ ਰਹੀ ਹੈ ਸਾਰੀ ਇੱਥੇ, ਅਤੇ ਬਾਕੀ ਮਹਾਰਾਜ ਦੀ ਕਿਰਪਾ ਜਿਹੜੇ ਆ ਰਹੇ ਹੈ, ਬਾਕੀ ਕਰਮਾਂ ਨਾਲ ਆਉਣਾ ਜਿਹਨੂੰ ਰੱਬ ਨੇ ਬੁਲਾਉਣਾ ਜੀ। ਹਾਂਜੀ, ਸੋ ਕਹਿੰਦੇ ਕਰਮਾਂ ਨਾਲ ਆਉਣਾ ਜਿਹਨੂੰ ਰੱਬ ਨੇ ਬੁਲਾਉਣਾ ਹੈਗਾ, ਬਾਈ ਉਹਨਾਂ ਜੁੜੇ ਨੇ। ਬਾਈ ਜੀ, ਕੀ ਨਾਮ? ਮੇਰਾ ਨਾਮ ਗੌਰਵ ਜੀ। ਗੌਰਵ ਜੀ, ਕਿੱਥੋਂ ਆਏ ਸੀ? ਜਲੰਧਰ ਤੋਂ ਜੀ। ਅੱਛਾ, ਸੋ ਸੇਵਾ ਭਾਵ ਦੇ ਵਿੱਚ ਲੱਗੇ ਹੋਏ ਹੋ, ਯੂਥ ਨੂੰ ਕੀ ਸੁਨੇਹਾ? ਹਾਂਜੀ, ਯੂਥ ਨੂੰ ਇਹ ਸੁਨੇਹਾ ਦੇ ਰਹੇ ਹਾਂ ਜੀ, ਆਪਣੇ ਸਿੱਖੀ ਧਰਮ ਨਾਲ ਜੁੜੋ, ਸੇਵਾ ਭਾਵ ਕਰੋ, ਅਤੇ ਜਿੱਦਾਂ ਹੁਣ ਅਸੀਂ ਇਹ ਨਿਊਯਾਰਕ ਸਿੱਖ ਫਾਊਂਡੇਸ਼ਨ ਨਾਲ ਜੁੜੇ ਹਾਂ, ਇਹਨਾਂ ਨੇ ਸਾਡੇ ਸਰਦਾਰ ਬਲਦੇਵ ਸਿੰਘ ਗਿੱਲ ਜੀ ਆ, ਸਰਦਾਰ ਸਿਮਰਜੀਤ ਸਿੰਘ ਗਿੱਲ ਜੀ ਆ, ਸਰਦਾਰ ਜਸਪ੍ਰੀਤ ਸਿੰਘ ਗਿੱਲ ਜੀ ਆ, ਜਿਹੜੇ ਮੇਨ ਨਿਊਯਾਰਕ ਦੇ ਵਿੱਚ ਹੈਗੇ ਨੇ, ਉਹ ਹਰ ਸਾਲ ਇਹ ਸਾਨੂੰ ਇੱਦਾਂ ਹੀ ਸੇਵਾ ਦੇ ਨਾਲ ਲਗਾਉਂਦੇ ਨੇ ਅਤੇ ਨੌਜਵਾਨਾਂ ਨੂੰ ਸੇਵਾ ਦੇ ਨਾਲ ਜੋੜ ਰਹੇ ਨੇ। ਉਹੀ ਇਹ ਨਿਊਯਾਰਕ ਸਿੱਖ ਫਾਊਂਡੇਸ਼ਨ ਦੇ ਜਿਹੜੇ ਹੈਗੇ ਨੇ ਸਾਰੇ ਅਮੈਰੀਕਾ ਦੇ ਵਿੱਚ, ਉੱਥੇ ਵੀ ਸੇਵਾ ਕਰਦੇ ਨੇ ਅਤੇ ਇੱਥੇ ਵੀ ਪੰਜਾਬ ਵੀ ਸੇਵਾ ਕਰਦੇ ਨੇ।